ਮੇਰੇ ਪੇਟ ਦੇ ਵਿੱਚ ਹੱਡੀਆਂ ਆ ਗਈਆਂ ਸੀ। ਮੇਰੇ 2 ਦਿਨ ਪਹਿਲੇ ਓਪਰੇਸ਼ਨ ਹੋਇਆ ਸੀਗਾ ਤੇ ਅੱਜ ਮੈਂ ਬਿਲਕੁਲ ਠੀਕ ਹਾਂ, ਤੁਰ ਫਿਰ ਰਿਹਾ ਤੇ ਮੈਂ ਉੱਥੋਂ ਓਪਰੇਟ ਕਰਾਇਆ ਤੇ ਮੈਂ 2 ਦਿਨਾਂ ਦੇ ਵਿੱਚ ਹੀ ਰਿਕਵਰ ਕਰ ਗਿਆ। ਮਾਈ ਸੈਲਫ ਲਖਵਿੰਦਰ ਸਿੰਘ, ਮੈਂ ਇੱਥੇ ਅਰਬਨ ਸਟੇਟ ਜਲੰਧਰ ਦੇ ਵਿੱਚ ਹੀ ਰਹਿੰਦਾ। ਮੈਨੂੰ ਕੁਛ ਮਹੀਨੇ ਪਹਿਲੇ ਇੱਕ ਪ੍ਰੋਬਲਮ ਸੀਗੀ, ਮੇਰੇ ਪੇਟ ਦੇ ਵਿੱਚ ਹੱਡੀਆਂ ਆ ਗਈਆਂ ਸੀ ਤੇ ਮੈਂ ਕਾਫੀ ਡਾਕਟਰਾਂ ਨੂੰ ਜਲੰਧਰ ਦੇ ਵਿੱਚ ਕੰਸਲਟ ਕੀਤਾ। ਫਿਰ ਮੈਂ ਇਹਨਾਂ ਦੀ ਵੀਡੀਓ ਦੇਖੀ ਸਟਾਰ ਹੋਸਪਿਟਲ ਵਾਲਿਆਂ ਦੀ, ਜਸਮੀਤ ਜੀ ਦੀ, ਜਸਮੀਤ ਸਿੰਘ ਆਲੂਵਾਲੀਆ ਜੀ ਦੀ, ਤੇ ਉਹਨਾਂ ਦੀ ਵੀਡੀਓ ਦੇਖ ਕੇ ਮੈਨੂੰ ਉਹਨਾਂ ਕੋਲ ਆਇਆ। ਉਹਨਾਂ ਤੋਂ ਮੈਂ ਸਾਰਾ ਪ੍ਰੋਸੈਸ ਸਮਝਿਆ ਤੇ ਮੈਂ ਉੱਥੋਂ ਓਪਰੇਟ ਕਰਾਇਆ ਤੇ ਮੈਂ 2 ਦਿਨਾਂ ਦੇ ਵਿੱਚ ਹੀ ਰਿਕਵਰ ਕਰ ਗਿਆ। ਮੇਰੇ 2 ਦਿਨ ਪਹਿਲੇ ਓਪਰੇਸ਼ਨ ਹੋਇਆ ਸੀਗਾ ਤੇ ਅੱਜ ਮੈਂ ਬਿਲਕੁਲ ਠੀਕ ਹਾਂ, ਤੁਰ ਫਿਰ ਰਿਹਾ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੁਜੈਸਟ ਕਰਦਾ ਕਿ ਜੇ ਤੁਹਾਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਡਾਕਟਰ ਸਾਹਿਬ ਨੂੰ ਕੰਟੈਕਟ ਕਰੋ। ਇਹ ਦੂਰਬੀਨ ਰਾਹੀਂ ਓਪਰੇਸ਼ਨ ਕਰਦੇ ਨੇ। ਇਹਨਾਂ ਨੇ ਸਿਰਫ 2-3 ਮੇਰੇ ਹੋਲ ਕੀਤੇ ਨੇ, ਉਹਦੇ ਵਿੱਚ ਵੀ ਸਟਿਚ ਲਗਾਏ ਨੇ, ਉਹ ਵੀ ਜਿਹੜੇ ਆਟੋਮੈਟਿਕ ਸਟਿਚ ਆਪਣੇ ਆਪ ਰਿਮੂਵ ਹੋ ਜਾਂਦੇ ਨੇ। ਤੇ ਬਹੁਤ ਅੱਛਾ ਪ੍ਰੋਸੈਸ ਸੀਗਾ ਇਹਨਾਂ ਦਾ, ਬਹੁਤ ਅੱਛਾ ਲੱਗਾ। ਇੰਨੀ ਜਲਦੀ ਰਿਕਵਰੀ, ਫਾਸਟ ਰਿਕਵਰੀ ਹੋਈ ਆ, ਮੈਨੂੰ ਬਿਲੀਵ ਨਹੀਂ ਹੋ ਰਿਹਾ। ਤੇ ਮੈਂ ਚਾਹਾਂਗਾ ਕਿ ਤੁਸੀਂ ਵੀ ਜਿੱਥੋਂ ਵੀ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਜ਼ਰੂਰ ਜਸਮੀਤ ਸਿੰਘ ਆਲੂਵਾਲੀਆ ਜੀ ਨਾਲ ਕੰਟੈਕਟ ਕਰੋ, ਸਟਾਰ ਹੋਸਪਿਟਲ ਜਲੰਧਰ ਦੇ ਵਿੱਚ। ਥੈਂਕ ਯੂ।